ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੈਸਨ ਨੰਬਰ 2 ਦਾ ਮਾਰਸ਼ ਕਿੰਗ ਤੇ ਬੇਟਾ ਇਹਦੇ ਸ਼ੋਰਟ ਤੇ ਲੌਂਗ ਕੁਐਸ਼ਨ ਜਿਹੜੇ ਟੋਟਲ 6 ਹੈਗੇ ਨੇ ਜਿੰਨਾਂ ਵਿੱਚ 3-3 ਅਸੀਂ ਡਿਸਕਸ ਕਰਾਂਗੇ ਸਾਡਾ ਪਹਿਲਾ ਕੁਐਸ਼ਨ ਹੈ ਡਿਸਕ੍ਰਾਈਪ ਫਿਲਿਪ ਐਕਸਪੀਰੀਅੰਸ ਐਟ ਦਾ ਬੈકરી ਮਤਲਬ ਜਿਹੜਾ ਫਿਲਪ ਹੈ ਉਹਦਾ ਬੈਕਰੀ ਦੇ ਅਨੁਭਵ ਨੂੰ ਅਸੀਂ ਦੱਸਣਾ ਹੈ ਸਾਡਾ ਆਨਸਰ ਹੈ ਫਿਲਿਪਸ ਫਾਦਰ ਸੈਂਡ ਫਿਲਿਪ ਟੂ ਚਾਰਲੇ ਬੈਕਰੀ ਫਿਲਿਪ ਦੇ ਫਾਦਰ ਨੇ ਫਿਲਿਪ ਨੂੰ ਚਾਰਲੇ ਬੈਕਰੀ ਵਿੱਚ ਭੇਜਿਆ और ही वाज़ टू टीच फिलिप हाउ टू बेक ब्रेड एंड पाई फिर उसने ओनु ब्रेड ਤੇ ਪਾਈ ਬਣਾਉਣਾ ਸਿਖਾਇਆ ਫਿਲਿਪਸ ਫਾਦਰ ਟੋਲਡ ਫਿਲਿਪ ਥੈਟ ਹੀ ਊਡ ਹੈਵ ਟੂ ਗੋ ਫੋਰ এডੂਕੇਸ਼ਨ ਐਟ ਸਕੂਲ ਇਨ ਦਾ ਡੇ ਟਾਈਮ ਜਦੋਂ ਫਿਰ ਮਤਲਬ ਫਿਲਪ ਨੇ ਕਿਹਾ ਕਿ ਮੈਂ ਬੈਕਰੀ ਵਿੱਚ ਕੰਮ ਕਰਨਾ ਹੈ ਤੇ ਉਹਦੇ ਫਾਦਰ ਨੇ ਵੀ ਇੱਕ ਕੰਡੀਸ਼ਨ ਲਿਖੀ ਕਿ ਜੇ ਤੂੰ ਬੈਕਰੀ ਵਿੱਚ ਕੰਮ ਕਰਨਾ ਹੈ ਤੇ ਫਿਰ ਤੈਨੂੰ ਦਿਨ ਦੇ ਵੇਲੇ ਕਿੱਥੇ ਜਾਣਾ ਪਏਗਾ ਸਕੂਲ ਜਾਣਾ ਪਏਗਾ ਐਟ 8:30 ਇਨ ਦਾ ਈਵਨਿੰਗ ਫਿਲਪ ਵੈਂਟ ਟੂ ਦਾ ਬੈਕਰੀ ਇਸ ਤਰ੍ਹਾਂ ਉਹ ਸਾਮ ਦਿਨੇ ਤੇ ਸਕੂਲ ਜਾਂਦਾ ਹੀ ਤੇ 8:30 ਵਜੇ ਸ਼ਾਮ ਨੂੰ ਉਹ ਬੈਕਰੀ ਚਲਾ ਜਾਂਦਾ ਹੀ ਦੇਅਰ ਹੀ ਵਾਸਟ ਦਾ ਬੈਕਰੀ ਐਟ ਵਰਕ ਤੇ ਫਿਰ ਉਹ ਜਿਹੜਾ ਬੈਕਰ ਜਿਹੜੇ ਹੀ ਬੈਕਰਸ ਨੂੰ ਵੇਖਦਾ ਹੁੰਦਾ ਹੀ ਕੰਮ ਕਰਦੇ ਆ ਹੀ ਵਾਸ ਇੰਪ੍ਰੈਸਡ ਬਾਏ ਦਾ ਬੈਕਰ ਸਪੀਡ ਐਂਡ ਸਕਿੱਲ ਤੇ ਉਹ ਬਹੁਤ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਹੀ ਬੈਕਰ ਦੀ ਸਪੀਡ ਵੇਖ ਕੇ ਤੇ ਉਹਨਾਂ ਦਾ ਸਕਿੱਲ ਵੇਖ ਕੇ ਉਹਨਾਂ ਦੀ ਕੁਸ਼ਲਤਾ ਵੇਖ ਕੇ ਕੰਮ ਕਰਨ ਦੀ ਠੀਕ ਹੈ ਬੇਟਾ ਅੱਗੇ ਕਿ ਨੈਕਸਟ ਮਾਰਨਿੰਗ ਫਿਲਪ ਹੈਲਪ ਟੂ ਲੋਡ ਦਾ ਬੈਕਰੀ ਵਿਗਨ ਵਿਦ ਬ੍ਰੈਡ ਐਂਡ ਵੈਂਟ ਵਿਦ ਦਾ ਡਰਾਈਵਰ ਟੂ ਡਿਲੀਵਰ ਦਾ ਬ੍ਰੈਡ ਤੇ ਨੈਕਸਟ ਨਿੰਗ ਜਿਹੜਾ ਇਹ ਫਿਲਪ ਬੈકરી ਦੀ ਗੱਡੀ ਵਿੱਚ ਜਾਂਦਾ ਹੁੰਦਾ ਸੀ ਠੀਕ ਹੈ ਤੇ ਫਿਰ ਡਰਾਈਵਰ ਨਾਲ ਜਿਹੜਾ ਇਹ ਉਹ ਮਤਲਬ ਡਿਲੀਵਰ ਕਰਦਾ ਹੁੰਦਾ ਹੈ ਬ੍ਰੈਡ ਉਹਦੇ ਵਿੱਚ ਉਹ ਮਦਦ ਕਰਦਾ ਹੁੰਦਾ ਹੈ ਠੀਕ ਹੈ ਨੈਕਸਟ ਹੈ ਇਨ ਦਾ ਈਵਨਿੰਗ ਹੀ ਵੈਂਟ ਬੈਕ ਟੂ ਬੈકરી ਤੇ ਫਿਰ ਉਹ ਘਰ ਚਲੇ ਜਾਂਦਾ ਸੀ ਔਰ ਹੀ ਡਿਡ ਨਾਟ ਫਾਈਂਡ ਦਾ ਵਰਕ ਇੰਟਰਸਟਿੰਗ ਤੁਹਾਨੂੰ ਇਹ ਕੰਮ ਜਿਹੜਾ ਚੰਗਾ ਨਹੀਂ ਲੱਗਿਆ ਥੋੜਾ ਜਿਹਾ ਬੇਟਾ ਇੱਕ ਲਾਈਨ ਮਿਸ ਹੋ ਗਈ ਹੀ ਵੈਂਟ ਟੂ ਸਕੂਲ ਫਿਰ ਮਤਲਬ ਕਿ ਹੀ ਵੈਂਟ ਟੂ ਸਕੂਲ ਉਹ ਕਾ ਸਕੂਲ ਚਲਿਆ ਗਿਆ ਹੀ ਵਾਸ ਟੂ ਟਾਇਰਡ ਟੂ ਲਰਨ ਮਚ ਮਤਲਬ ਉਸ ਮਤਲਬ ਜਿਹੜਾ ਹੈ ਉਹ ਬਹੁਤ ਜ਼ਿਆਦਾ ਥੱਕ ਜਾਂਦਾ ਹੀ ਹੋਰ ਸਿੱਖਣ ਵਾਸਤੇ ਉਹਦੇ ਵਿੱਚ ਹਿੰਮਤ ਨਹੀਂ ਹੁੰਦੀ ਇਨ ਦਾ ਈਵਨਿੰਗ ਹੀ ਵੈਂਟ ਬੈਕ ਟੂ ਦਾ ਬੇਕਰੀ ਅਗੇਨ ਇਸ ਤਰ੍ਹਾਂ ਉਹ ਫਿਰ ਘਰ ਬੇਕਰੀ ਸ਼ਾਮ ਨੂੰ ਚਲਾ ਜਾਂਦਾ ਹੀ ਹੀ ਡਿਡ ਨੋਟ ਫਾਈਂਡ ਦਾ ਵਰਕ ਇੰਟਰਸਟਿੰਗ ਤੇ ਉਹਨੂੰ ਇਹ ਕੰਮ ਜਿਹੜਾ ਚੰਗਾ ਨਹੀਂ ਲੱਗਾ ਇੰਟਰਸਟਿੰਗ ਨਹੀਂ ਲੱਗਾ ਔਰ ਫਿਲਪ ਵੈਂਟ ਹੋਮ ਆਫਟਰ ਡਿਲੀਵਰਿੰਗ ਬ੍ਰੈਡ ਤੇ ਜਦੋਂ ਫਿਲਪ ਇਵਰ ਕਰਕੇ ਆ ਜਾਂਦਾ ਹੈ ਬ੍ਰੈਡ ਤੇ ਫਿਰ ਉਹ ਘਰ ਸ਼ਾਮ ਵੇਲੇ ਘਰ ਆ ਜਾਂਦਾ ਹੀ ਹੀ ਫੈਲ ਸਲੀਪ ਤੇ ਉਹ ਫਿਰ ਸੌ ਜਾਂਦਾ ਹੀ ਵੈਨ ਹੀ ਗਟ ਅਪ ਜਦੋਂ ਉਹ ਉੱਠਿਆ ਹਿਸ ਫਾਦਰ ਆਸਕ ਹਿਮ ਇਫ ਹੀ ਊਡ ਲਾਈਕ ਟੂ ਬੀ ਅ ਬੈਕਰ ਕਹਿੰਦਾ ਫਿਰ ਜਦੋਂ ਉੱਠਿਆ ਤਾਂ ਉਹਦੇ ਫਾਦਰ ਨੇ ਕਿਹਾ ਕਿ ਹਾ ਜੇ ਵੀ ਉਹਨੂੰ ਬੈਕਰ ਪਰ ਪਸੰਦ ਹੈਗਾ ਫਿਲਪ ਸੈਡ ਥੈਟ ਹੀ ਊਡ ਰੈਦਰ ਡਾਈ ਦੈਨ ਅ ਬੈਕਰ ਦੈਨ ਬੀ ਏ ਬੈਕਰ ਕਹਿੰਦਾ ਕਿ ਫਿਰ ਫਿਲਪ ਨੇ ਕਿਹਾ ਕਿ ਮੈਨੂੰ ਮਤਲਬ ਜਿਹੜਾ ਇੱਕ ਬੈਕਰ ਬਣਨ ਦੇ ਨਾਲ ਉਹ ਮਰਨਾ ਪਸੰਦ ਹੈ ਠੀਕ ਹੈ ਬੇਟਾ ਅਡਰ ਨੈਕਸਟ ਕੁਐਸਚਨ ਹੈ ਵਾਟ ਫਾਈਨਲੀ ਮੇਡ ਫਿਲਪ ਇਨਟੂ ਅ ਫੇਮਸ 뮤직 ਕੰਪੋਜ਼ਰ ਮਤਲਬ ਕਿਹੜੀ ਚੀਜ਼ ਨੇ ਉਹਨੂੰ ਫੇਮਸ 뮤직 ਕੰਪੋਜ਼ਰ ਬਣਾਤਾ ਸਾਡਾ ਆਨਸਰ ਹੈ ਫਿਲਪ ਵਾਸ ਇਨ ਲਿਸਟਿੰਗ ਐਜ਼ ਐਨ ਫਿਲਪ ਵਾਸ ਇਨ ਲਿਸਟਿੰਗ ਐਜ਼ ਐਨ ਅਪਰੈਟਿਸ ਟੂ ਸਟੱਡੀ 뮤직 ਇਨ ਅ ਮਰੀਨ ਬੈਂਡ ਠੀਕ ਹੈ ਇਨ ਲਿਸਟਡ ਦਾ ਮਤਲਬ ਹੁੰਦਾ ਹੈ ਭਰਤੀ ਕਰਨਾ ਐਜ਼ ਮਤਲਬ ਹੈਗਾ ਅਪਰेंटिस ਮਤਲਬ ਹੁੰਦਾ ਹੈ ਕਿ ਮਤਲਬ ਚੇਲੇ ਦੇ ਰੂਪ ਵਿੱਚ ਤੇ ਇਸ ਤਰ੍ਹਾਂ ਫਿਲਪ ਜਿਹੜਾ ਉਹਨੂੰ ਚੇਲੇ ਦੇ ਰੂਪ ਵਿੱਚ ਮਰੀਨ ਬੈਂਡ ਵਿੱਚ 뮤직 ਸਿੱਖਣ ਲਈ ਭੇਜਿਆ ਗਿਆ ਹੀ ਵਰਕ ਹਾਰਡ ਐਂਡ ਬਿਕਮ ਦਾ ਲੀਡਰ ਆਫ ਮਰੀਨ ਬੈਂਡ ਉਹਨੇ ਬੜੀ ਮਿਹਨਤ ਕੀਤੀ ਤੇ ਮਰੀਨ ਬੈਂਡ ਦਾ ਕੀ ਬਣ ਗਿਆ ਲੀਡਰ ਬਣ ਗਿਆ ਠੀਕ ਹੈ ਇਹ ਦਿਸ ਵਾਸ ਦਾ ਆਫਸ਼ਲ ਬੈਂਡ ਆਫ ਦਾ ਜੁਨਾ ਪ੍ਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟ ਤੇ ਜਿਹੜਾ ਹੁਣ ਮਰੀਨ ਬੈਂਡ ਹੈ ਉਹ ਯੂ ਐਸ ਏ ਦੇ ਪ੍ਰੈਜ਼ੀਡੈਂਟ ਦਾ ਸਰਕਾਰੀ ਬੈਂਡ ਸੀ ਠੀਕ ਹੈ ਹੀ ਬਿਕਮ ਅ ਫੇਮਸ ਕੰਪੋਜ਼ਰ ਉਹ ਇੱਕ ਫੇਮਸ ਕੰਪੋਜ਼ਰ ਬਣ ਗਿਆ ਹੀ ਰੋਟ ਮੋਰ ਦੈਨ 100 ਮਾਰਚਸ ਤੇ ਫਿਰ ਉਹਨੇ 100 ਤੋਂ ਵੀ ਜ਼ਿਆਦਾ ਮਾਰਚਸ ਕੰਪੋਜ਼ ਕੀਤੀਆਂ ਐਂਡ ਹੀ ਵਾਸ ਨਾਉਨ ਐਸ ਦਾ ਮਾਰਚ ਕਿੰਗ ਤੇ ਮਾਰਚ ਕਿੰਗ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ ਠੀਕ ਹੈ ਜਦੋਂ ਨੇ 100 ਤੋਂ ਵੀ ਵੱਧ ਉਹਨਾਂ ਨੇ ਕੰਪੋਜ਼ ਕੀਤੀਆਂ ਤਾਂ ਉਹਨੂੰ ਕੀ ਕੀਤਾ ਗਿਆ ਮਾਰਚ ਕਿੰਗ ਦੇ ਨਾਮ ਨਾਲ ਉਹ ਪ੍ਰਸਿੱਧ ਹੋ ਗਿਆ ਉਹਨੂੰ ਮਾਰਚ ਕਿੰਗ ਦੇ ਨਾਂ ਨਾਲ ਜਾਣਿਆ ਗਿਆ ਠੀਕ ਹੈ ਅੱਗੇ ਹੈਗਾ ਹੀ ਰੋਟ ਮੋਰ ਦੈਨ ਹਾਂਜੀ ਹੀ ਰੋਟ ਵਨ ਆਫ ਦਾ ਫਾਈਨੈਸਟ ਮਾਰਚ ਫੋਰ ਅ ਸਪੈਸ਼ਲ ਕਮ ਓਕੇਸ਼ਨ ਤੇ ਫਿਰ ਉਹਨੇ ਜਿਹੜਾ ਹੀ ਇੱਕ ਖਾਸ ਮੌਕੇ ਤੇ ਇੱਕ ਖਾਸ ਮਾਰਚ ਜਿਹੜਾ ਲਿਖਿਆ ਦਾ ਵਾਸ਼ਿੰਗਟਨ ਪੋਸਟ ਨੈਕਸਟ ਹੈਗਾ ਦਾ ਵਾਸ਼ਿੰਗਟਨ ਪੋਸਟ ਹੋਲਡ ਐਨ ਐਸੇ ਕੰਟੈਂਟਸ ਆਰ ਅ ਬਿਗ ਡੇ ਵਾਸ ਪਲਾਨਡ ਤੇ ਫਿਰ ਜਿਹੜਾ ਵਾਸ਼ਿੰਗਟਨ ਪੋਸਟ ਵਿੱਚ ਐਸੇ ਪ੍ਰਤੀਯੋਗਤਾ ਹੋਈ ਤੇ ਇਹਦੇ ਵਿੱਚ ਇੱਕ ਵੱਡੀ ਯੋਜਨਾ ਬਣਾਈ ਗਈ ਨੈਕਸਟ ਹੈ ਨੈਕਸਟ ਇਹਦਾ ਹੈ एवरीबॉडी हां जी द वाशिंगटन पोस्ट ਮਾਰਚ ਵਾਸ ਪਲਾਨ ਮਤਲਬ ਇਹ ਫਿਰ ਜਿਹੜਾ ਕੰਪੋਸਟ ਕੀਤਾ ਗਿਆ ਮਾਰਚ ਕੀਤੀ ਗਈ ਵਾਸ਼ਿੰਗਟਨ ਦੇ ਵਿੱਚ ਜਦੋਂ ਵਾਸ਼ਿੰਗਟਨ ਪੋਸਟ ਮਾਰਚ ਵਿੱਚ ਜਿਹੜੀ ਉਹਨਾਂ ਨੇ ਪਲਾਨ ਕੀਤਾ ਸੀ ਕਿ ਇਹ ਮਾਰਚ ਜਿਹੜੀ ਹੈ ਮਤਲਬ ਕੀਤੀ ਜਾਏਗੀ ਉਹ ਉਹਨਾਂ ਨੇ ਕਰ ਲਈ ਸਕਸੈਸਫੁਲੀ एवरीबॉडी ਚੀਜ਼ ਵਾਈਟਲੀ ਮਤਲਬ ਹਰ ਇੱਕ ਨੇ ਉਹਦੀ ਪ੍ਰੇਸ ਕੀਤੀ ਔਰ ਦੇ ਅਪਲੋਡਡ ਫਿਲਪਸ ਆਫ ਫੋਰ ਵਾਟ ਹੀ ਹੈਡ ਡਨ ਫੋਰ ਦਾ ਫੀਲਡ ਆਫ 뮤직 ਤੇ ਸਾਰਿਆਂ ਨੇ ਉਹਦੀ ਮਿਸ ਜਿਹੜਾ ਸੋਸਾ ਫਿਲਪ ਸੋਸਾ ਹੀ ਉਹਦੇ ਸੰਗੀਤ ਵਿੱਚ ਜਿਹੜਾ ਉਹਨੇ ਯੋਗਦਾਨ ਦਿੱਤਾ ਉਹਦੇ ਵਾਸਤੇ ਬੜਾ ਹੀ ਉਹਨਾਂ ਨੇ ਉਹਨਾਂ ਦਾ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਬੜੀ ਤਾਰੀਫ ਕੀਤੀ ਠੀਕ ਹੈ ਬੇਟਾ ਤੇ ਹੁਣ ਸਾਡਾ ਹੈਗਾ ਲੌਂਗ ਕੁਐਸਚਨ ਤੇ ਇਹਦੇ ਵਿੱਚ ਅਸੀਂ ਰਾਈਟ ਏ ਬਰੀਫਲੀ ਜਿਹੜਾ ਕਰੈਕਟਰ ਸਕੈਚ ਕਰਨਾ ਜੌਨ ਫਿਲਪ ਸੋਸਾ ਦਾ ਠੀਕ ਹੈ ਤੇ ਸਾਡਾ ਆਨਸਰ ਹੈ ਜੌਨ ਫਿਲਿਪ ਸੋਸਾ ਵਾਜ ਜੰਗ ਬੁਆਏ ਜਿਹੜਾ ਜੌਨ ਫਿਲਿਪ ਸੋਸਾ ਹੈ ਉਹ ਇੱਕ ਜੰਗ ਜਵਾਨ ਲੜਕਾ ਹੈ ਹਿਸ ਫਾਦਰ ਵਰਕ ਇਨ ਦਾ ਬਰਾ ਸੈਕਸ਼ਨ ਆਫ ਦਾ ਯੂਨਾਈਟਿਡ ਸਟੇਟ ਮਰੀਨ ਬੈਂਡ ਤੋਂ ਦਾ ਫਾਦਰ ਜਿਹੜਾ ਹੀ ਬਰਾ ਸੈਕਸ਼ਨ ਵਿੱਚ ਯੂਨਾਈਟਿਡ ਸਟੇਟ ਦੇ ਮਰੀਨ ਬੈਂਡ ਵਿੱਚ ਕੰਮ ਕਰਦਾ ਹੈ ਦਾ ਕੈਪੀਟਲ ਸਿਟੀ ਆਫ ਵਾਸ਼ਿੰਗਟਨ ਵਾਸ ਫੁੱਲ ਆਫ ਬੈਂਡ ਤੇ ਜਿਹੜਾ ਵਾਸ਼ਿੰਗਟਨ ਦੀ ਕਿਸੇ ਰਾਜਧਾਨੀ ਸਾਰੇ ਬੈਂਡ ਨਾਲ ਭਰੀ ਹੋਈ ਹੈ ਫਿਲਿਪ ਲਵਡ ਥੈਮ ਲਵਡ ਥੈਮ ਦਾ ਫਿਲਿਪ ਵੀ ਬੈਂਡ ਬਹੁਤ ਪਸੰਦ ਕਰਦਾ ਹੈ ਹੀ ਵਾਂਟਡ ਟੂ ਬੀਕਮ ਅ 뮤జిਸ਼ੀਅਨ ਤੇ ਉਹ ਇੱਕ ਵੱਡਾ ਸੰਗੀਤਕਾਰ ਬਣਨਾ ਚਾਹੁੰਦਾ ਹੈ ਏਟ ਦਾ ਏਜ ਆਫ 7 7 ਸਾਲ ਦੀ ਉਮਰ ਵਿੱਚ ਹੀ ਜੁਆਇਨ ਅ ਸਕੂਲ ਆਫ 뮤직 ਫਿਰ ਉਹਨੇ 뮤జిక్ ਦਾ ਜਿਹੜਾ ਸਕੂਲ ਜਿਹੜਾ ਜੁਆਇਨ ਕਰ ਲਿਆ ਹੀ ਲਰਨ ਟੂ ਪਲੇ ਵਾਇਲਨ ਉਹਨੇ ਵਾਇਲਨ ਵਜਾਉਣਾ ਸਿੱਖੀ ਹੀ ਬੀਕਮ ਟੂ ਪਲੇ ਵੈਰੀ ਵੈਲ ਬਹੁਤ ਅੱਛਾ ਉਹਨੇ ਵਜਾਉਣਾ ਸਿੱਖ ਲਿਆ ਹੀ ਲਵਡ ਟੂ ਪਲੇ ਬੇਸਬਾਲ ਤੇ ਉਹ ਬੇਸਬਾਲ ਖੇਡਣਾ ਵੀ ਬਹੁਤ ਪਸੰਦ ਕਰਦਾ ਹੈ ਹੀ ਵਾਸ ਚੂਸਨ ਟੂ ਪਲੇ ਵਾਇਲਨ ਸੋਲੋ ਫੋਰ ਦਾ ਐਨੂਅਲ ਈਵਨਿੰਗ ਕਨਸਰਟ ਆਫ ਹਿਜ ਸਕੂਲ ਤੇ ਫਿਰ ਉਹਨੂੰ ਜਿਹੜਾ ਸ਼ਾਮ ਵੇਲੇ ਉਹਨਾਂ ਦੇ ਵਿੱਚ ਐਨੂਅਲ ਈਵਨਿੰਗ ਕਨਸਰਟ ਹੋਇਆ ਮਤਲਬ ਜਿਹੜਾ ਉਹਨਾਂ ਨੇ ਪ੍ਰਤੀਯੋਗਤਾ ਹੀ ਉਹਦੇ ਵਿੱਚ ਉਹਨੂੰ ਸਿਲੈਕਟ ਕਰ ਲਿਆ ਗਿਆ ਹੀ ਬੋਰੋ ਅ ਲਾਰਜ ਸਾਈਜ਼ ਸ਼ਰਟ ਫਰੋਮ ਦਾ ਵਾਈਫ ਆਫ ਹਿਜ ਮਿਊਜ਼ਿਕ ਟੀਚਰ ਤੇ ਫਿਰ ਉਹਨੇ ਆਪਣੇ ਮਿਊਜ਼ਿਕ ਟੀਚਰ ਹੀ ਦੇ ਵਾਈਫ ਕੋਲੋਂ ਇੱਕ ਵੱਡੀ ਸ਼ਰਟ ਜਿਹੜੀ ਲੈ ਲਈ ਪਾਉਣ ਵਾਸਤੇ ਦਾ ਵਾਈਫ ਆਫ ਦਾ 뮤జిక్ টিਚਰ ਫਿਜ਼ਡ ਇਟ ਔਨ ਦਾ ਫਿਲਪ ਵਿਦ ਦਾ ਹੈਲਪ ਆਫ ਪਿਨ ਉਹਦੀ ਸ਼ਰਟ ਤੇ ਵੱਡੀ ਹੀ ਕਿਉਂਕਿ ਉਹ ਬੇਸਬਾਲ ਖੇਡ ਕੇ ਆਇਆ ਹੈ ਉਹਦੀ ਸ਼ਰਟ ਜਿਹੜੀ ਵਾਈਟ ਹੀ ਉਹ ਗੰਦੀ ਹੋ ਗਈ ਹੈ ਤੇ ਉਹਦੇ ਕੋਲ ਸ਼ਰਟ ਨਹੀਂ ਹੈਗੀ ਫਿਰ 뮤직 ਟੀਚਰ ਨੇ ਕਿਹਾ ਕਿ ਤੁਸੀਂ ਮੇਰੇ ਘਰ ਜਾਓ ਤੇ ਮੇਰੀ ਵਾਈਫ ਕੋ ਸ਼ਰਟ ਲੈ ਕੇ ਆਓ ਜੇ ਸ਼ਰਟ ਜਦੋਂ ਪਾਈ ਬਹੁਤ ਵੱਡੀ ਫਿਰ 뮤직 ਟੀਚਰ ਦੀ ਵਾਈਫ ਨੇ ਉਹਨੂੰ ਪਿਨ ਆਪ ਕਰ ਦਿੱਤਾ ਸ਼ਰਟ ਨੂੰ ਅੱਛੀ ਤਰ੍ਹਾਂ ਕਿ ਢਿੱਲੀ ਨਾ ਲੱਗੇ ਠੀਕ ਹੈ ਦਾ ਸ਼ਰਟ ਦਾ ਬਿਗ ਸ਼ਰਟ ਵਾਸ ਪੁਲਡ ਲੂਜ਼ ਵੈਨ ਦਾ ਪਰਫਾਰਮੈਂਸ ਵਾਸ ਗੋਇੰਗ ਔਨ ਤੇ ਫਿਰ ਮਤਲਬ ਬੜੀ ਲੂਜ਼ ਹੀ ਜੀ ਜਦੋਂ ਨੇ ਪਰਫਾਰਮੈਂਸ ਕਰਨਾ ਚਾਹੁੰਦਾ ਹੀ ਰੈਨ ਅਵੇ ਫਰੋਮ ਦਾ ਸਟੇਜ ਉਹਦੀ ਮੈਂ ਜਦੋਂ ਉਹ ਆਪਣਾ ਬੜੇ ਜੋਸ਼ ਨਾਲ ਵਾਇਲਨ ਵਜਾਉਂਦਾ ਤੇ ਉਹਦੀ ਪਿੰਨਾ ਖੁੱਲ ਜਾਂਦੀ ਆ ਉਹਦੀ ਬੇਇੱਜ਼ਤੀ ਹੋ ਜਾਂਦੀ ਤੇ ਉਹ ਸਟੇਜ ਤੋਂ ਚਲਾ ਜਾਂਦਾ ਹੀ ਵਾਸ ਸੈਂਡ ਟੂ ਟੂ ਏ ਬੈਕਰੀ ਆਫ 4 3 ਡੇਸ ਮਤਲਬ ਇਸ ਤਰ੍ਹਾਂ ਉਹ ਜਿਹੜਾ ਬੈਕਰੀ ਤੇ ਵੀ 3 ਡੇਸ ਜਿਹੜਾ ਮਤਲਬ ਕੰਮ ਕਰਨ ਚੱਲ ਜਾਂਦਾ ਹੈ ਡਿਡ ਨੋਟ ਲਾਈਕ ਥਿਸ ਵਰਕ ਉਹ ਮਤਲਬ ਕੰਮ ਕਰਨਾ ਉਹਨੂੰ ਪਸੰਦ ਨਹੀਂ ਆਇਆ ਜਦੋਂ ਉਹ 뮤직 ਵਿੱਚ ਫੇਲ ਹੋ ਗਿਆ ਫੇਰ ਹੀ ਉਹ ਮਤਲਬ ਬੈਕਰੀ ਵਿੱਚ ਗਿਆ ਤੇ 3 ਦਿਨ ਉੱਥੇ ਕੰਮ ਕੀਤਾ ਤੇ ਉਹਨੂੰ ਕੰਮ ਬਿਲਕੁਲ ਪਸੰਦ ਨਹੀਂ ਆਇਆ ਦੈਨ ਅਗੇਨ ਹੀ ਵੈਂਟ ਟੂ ਹਿਸ 뮤직 ਟੀਚਰ ਫੇਰ ਉਹ ਆਪਣੀ 뮤직 ਟੀਚਰ ਕੋ ਵਾਪਸ ਗਿਆ ਹੀ ਡਿਵੈਲਪ ਹਿਸ ਸਕਿੱਲ ਇਨ ਦਾ ਪਲੇਇੰਗ ਔਨ ਦਾ ਵਾਇਲਨ ਉਹਨੇ ਫੇਰ ਉਹ ਯਾ ਮਤਲਬ ਸਕਿੱਲ ਸਿੱਖੇ ਆਪਣਾ ਜਿਹੜਾ ਮਿਊਜ਼ਿਕ ਵਾਇਲਨ ਵਜਾਉਣ ਵਾਸਤੇ ਉਹਦੀ ਡਿਵੈਲਪਮੈਂਟ ਵਾਸਤੇ ਵਿਕਾਸ ਵਾਸਤੇ ਜਿਹੜੇ ਸਕਿੱਲ ਉਹ ਸਿੱਖੇ ਕਿਹੜਾ ਕਿਹੜਾ ਮਤਲਬ ਕੰਮ ਜੋ ਵੀ ਹੈਗਾ ਹੀ ਵਾਇਲਨ ਨਾਲ ਰਿਲੇਟਡ ਉਹਨੇ ਸਿੱਖਿਆ ਵਨ ਇਜ਼ ਸਰਕਸ ਬੈਂਡ ਲੀਡਰ ਆਫਰ ਹਿਮ ਅ ਜੋਬ ਇਨ ਦਾ ਸਰਕਸ ਫਿਰ ਇੱਕ ਦਿਨ ਜਿਹੜਾ ਸਰਕਸ ਦਾ ਲੀਡਰ ਹੀ ਉਹਨੇ ਸਰਕਸ ਵਿੱਚ ਜੋਬ ਕਰਨ ਵਾਸਤੇ ਉਹਨੂੰ ਆਫਰ ਕੀਤਾ ਅ ਰਹਿਜ ਫਾਦਰ ਗਟ ਹਿਮ ਹਰ ਗਟ ਹਿਮ ਰਿਕੁਐਟਡ ਹੈਜ਼ ਅ ਟ੍ਰੇਨਰ ਇਨ ਅ ਮਰੀਨ ਬੈਂਡ ਤੇ ਫਿਰ ਉਹਨਾਂ ਨੇ ਜਿਹੜਾ ਫਾਦਰ ਹੀ ਉਹਨਾਂ ਨੇ ਕਿਹਾ ਕਿ ਇਹਨੂੰ ਮਰੀਨ ਬੈਂਡ ਵਿੱਚ ਜੀ ਮਤਲਬ ਟ੍ਰੇਨਰ ਦੇ ਰੂਪ ਵਿੱਚ ਭਰਤੀ ਕਰ ਦਿੱਤਾ ਹੀ ਰੋਜ਼ ਟੂ ਬੀ ਦਾ ਲੀਡਰ ਆਫ ਅ ਬੈਂਡ ਮਤਲਬ ਇੱਕ ਮਤਲਬ ਬੈਂਡ ਦਾ ਲੀਡਰ ਦੇ ਵੱਜੂ ਉਹਦਾ ਉਦੇ ਹੋਇਆ ਮਤਲਬ ਕਿ ਉਹਨੇ ਪ੍ਰੋਗਰੈਸ ਕੀਤੀ ਹੀ ਕੰਪੋਜ਼ ਮੈਨੀ ਮਾਰਚਸ ਤੇ ਉਹਨੇ ਬੜੀਆਂ ਜਿਹੜੀਆਂ ਮਾਰਚਸ ਜਿਹੜੀਆਂ ਕੰਪੋਜ਼ ਕੀਤੀਆਂ ਹੀ ਬਿਕਮ ਦਾ ਮਾਰਚ ਕਿੰਗ ਤੇ ਇਸ ਤਰ੍ਹਾਂ ਉਹ ਮਾਰਚ ਕਿੰਗ ਬਣ ਗਿਆ ਹੀ ਬਿਕਮ ਵੈਰੀ ਫੇਮਸ ਬਾਈ ਕੰਪੋਜ਼ਿੰਗ ਤੇ ਉਹਨੇ ਬੜੀਆਂ ਫੇਮਸ ਜਿਹੜਾ ਕੰਪੋਜ਼ਿੰਗ ਕਰਦਾ ਹੁੰਦਾ ਹੀ ਉਹਦੇ ਨਾਲ ਬਹੁਤ ਜ਼ਿਆਦਾ ਫੇਮਸ ਹੋ ਗਿਆ ਦਾ ਵਿਸ਼ਿੰਟਨ ਪੋਸਟ ਮਾਰਚ ਜਿਹੜਾ ਪਸ਼ਿੰਟਨ ਪੋਸਟ ਮਾਰਚ ਵਿੱਚ ਜਿਹੜਾ ਕਰਦਾ ਹੁੰਦਾ ਹੀ ਮਾਰਚ ਕੰਪੋਜ਼ ਉਹਦੇ ਨਾਲ ਬਹੁਤ ਜ਼ਿਆਦਾ ਨੂੰ ਪ੍ਰਸਿੱਧੀ ਮਿਲੀ ਠੀਕ ਹੈ ਇਸ ਤਰ੍ਹਾਂ ਅਡੇ 3 ਕੁਐਸਚਨ ਜਿਹੜੇ ਅਸੀਂ ਡਿਸਕਸ ਕਰ ਲਏ ਤੇ ਨੈਕਸਟ ਵੀਡੀਓ ਵਿੱਚ ਵੀ 3 ਅਸੀਂ ਡਿਸਕਸ ਕਰਾਂਗੇ ਤਦ ਤੱਕ ਤੁਸੀਂ ਇਹਨੂੰ ਧਿਆਨ ਨਾਲ ਪੜੋ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ